ਅੰਮ੍ਰਿਤਸਰ ਵਿਖੇ ਟਿਫਨ ਬੰਬ ਮਿਲਣ ਤੋਂ ਬਾਅਦ ਪੂਰੇ ਪੰਜਾਬ ਭਰ ਵਿੱਚ ਰੈੱਡ ਅਲਰਟ ਕੀਤਾ ਗਿਆ ਹੈ ਪਰ ਜਲੰਧਰ ਦਿਹਾਤੀ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲਦੇ ਹੋਏ ਦਿਨ ਦਿਹਾੜੇ ਹੀ ਨੂਰ ਮਹਿਲ 'ਚ ਇੱਕ ਘਰ ਵਿੱਚ ਦਾਖਲ ਹੋ ਕੇ ਹਮਲਾਵਰਾਂ ਵੱਲੋਂ ਇੱਕ ਨੌਜਵਾਨ 'ਤੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਇਸ ਸੰਬੰਧੀ ਗੱਲਬਾਤ ਕਰਦਿਆਂ ਨਕੋਦਰ ਦੇ DSP ਲਖਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਮ੍ਰਿਤਕ ਨੌਜਵਾਨ ਰੋਹਿਤ ਕੁਮਾਰ ਪੁੱਤਰ ਲਵਾਇਆ ਰਾਮ ਆਪਣੇ ਘਰ ਵਿੱਚ ਚਾਹ ਬਣਾ ਰਿਹਾ ਸੀ ਕਿ ਅਚਾਨਕ ਇੱਕ ਐਕਟਿਵਾ 'ਤੇ ਆਏ ਹਮਲਾਵਰਾਂ ਨੇ ਉਸਦੇ ਘਰ ਅੰਦਰ ਦਾਖਲ ਹੋ ਕੇ ਉਸ ਉੱਪਰ 2 ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ 1 ਗੋਲੀ ਰੋਹਿਤ ਕੁਮਾਰ ਦੇ ਲੱਗੀ ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ DSP ਮੁਤਾਬਕ ਪੁਲਿਸ ਨੂੰ ਐਕਟਿਵਾ ਦੇ ਨੰਬਰ ਦੀ ਫੋਟੋ ਮਿਲ ਗਈ ਹੈ ਅਤੇ ਪੁਲਿਸ ਵੱਲੋਂ ਇਸ ਕਤਲ ਦੇ ਕੇਸ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਜਲਦ ਹੀ ਦੋਸ਼ੀ ਪੁਲਿਸ ਗ੍ਰਿਫਤ ਵਿੱਚ ਹੋਣਗੇ ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਭਰਾ ਅਤੇ ਉਸਦੀ ਮਾਂ ਉੱਪਰ ਕੋਠੇ ਉੱਤੇ ਸੁੱਤੇ ਹੋਏ ਸਨ ਜਦਕਿ ਉਸਦਾ ਪਿਤਾ ਜੰਮੂ ਕਸ਼ਮੀਰ ਗਿਆ ਹੋਇਆ ਸੀ ਅਸੀਂ ਦੇਖਦੇ ਹਾਂ ਸਵੇਰੇ 7 ਵਜੇ ਦਾ ਲਗਭਗ ਟਾਈਮ ਸੀਗਾ ਜੀ ਅਤੇ ਇੱਕ ਮੁੰਡਾ ਕੋ ਆਇਆ ਸਕੂਟਰੀ 'ਤੇ ਆਇਆ ਐਕਟਿਵਾ 'ਤੇ ਅਤੇ ਅੰਦਰ ਗਿਆ ਮੁੰਡਾ ਆਪਣਾ ਗੇਟ ਖੁੱਲ੍ਹਾ ਸੀ ਮੇਨ ਆਪਣਾ ਐਂਟਰੀ ਗੇਟ ਅਤੇ ਅੰਦਰ ਕੋਈ ਕਿਚਨ 'ਚ ਚਾਹ ਬਣਾਉਂਦਾ ਮੁੰਡਾ ਗੋਲੀ ਮਾਰ ਕੇ ਅਤੇ ਉੱਥੇ ਉਸੇ ਟਾਈਮ ਨੱਸ ਗਿਆ ਜੀ ਅਤੇ ਹੁਣ ਪਤਾ ਨਹੀਂ ਅੱਜ ਤਾਂ ਕਰ ਰਹੇ ਇਹਨਾਂ ਨੂੰ ਇਨਵੈਸਟੀਗੇਸ਼ਨ ਅਸੀਂ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਹੁਣ ਮੁੰਡੇ ਨੂੰ ਪੁੱਛਿਆ ਤਾਂ ਬਰਦਰ ਨੂੰ ਪੁੱਛਿਆ ਉਹ ਜਿੰਮ ਦਾ ਟ੍ਰੇਨਰ ਆ ਉਹ ਕਹਿੰਦਾ ਵੀ ਅੱਜ ਤੱਕ ਕਿਸੇ ਨਾਲ ਨਾ ਲੜੇ ਝਗੜਾ ਨਾ ਕੋਈ ਇੰਨਾ ਕੋਈ ਇੱਦਾਂ ਦੀ ਗੱਲ ਸੁਣੀ ਹੈ ਕਿ ਨਾ ਕੋਈ ਆਪਣਾ ਕਹਿ ਸਾਨੂੰ ਸ਼ੱਕ ਕੇ ਤਾਂ ਹੈਗਾ ਅੱਜ ਤੱਕ ਕੋਈ ਨਹੀਂ ਜੀ ਅੱਜ ਕਰ ਰਹੇ ਹਾਂ ਟਰੇਸ ਕਰ ਰਹੇ ਹਾਂ ਜੀ ਸਕੂਟਰੀ ਦਾ ਪਾਇਆ ਸੀ ਉਹਦੇ ਵਿੱਚ ਆਪਣਾ ਨੰਬਰ ਉਹ ਟਰੇਸ ਕਰ ਰਹੇ ਹਾਂ ਕਿਹਦੇ ਨਾਂ ਦਾ ਐਡਰੈਸ ਆ ਅੱਛਾ ਜੀ ਅਤੇ ਉਹ ਕਰਕੇ ਉਹਨਾਂ ਦਾ ਕਾਰਵਾਈ ਕਰ ਦੇਖਦੇ ਹਾਂ ਕਿਹੜੇ ਬੰਦੇ ਨਾਲ ਸਕੂਟਰੀ ਸੀ